ਉਹਨੇ ਮੇਰੀ ਧੀ ਨਾਲ ਆਪਣੇ ਸੰਬੰਧ 3 ਮਹੀਨੇ ਪਹਿਲਾਂ ਮੇਰੇ ਘਰ ਉਹਨੂੰ ਫੋਨ ਭੇਜਿਆ, ਮੇਰੀ ਦੁਕਾਨ ਤੇ ਮੇਰੀ ਧੀ ਨੂੰ ਫੋਨ ਦੇ ਕੇ ਆਇਆ, ਫੋਨ ਦੇ ਕੇ ਆਇਆ ਮੇਰੀ ਧੀ ਨੂੰ, ਮੇਰੀ ਧੀ ਨਾਲ ਗੱਲਬਾਤ ਚੱਲਦੀ ਰਹੀ ਉਹਦੀ, ਬਾਰ ਬਾਰ ਕੰਪੈਲ ਕਰਦਾ ਸੀ ਮੇਰੀ ਧੀ ਨੂੰ, ਕਹਿੰਦੇ ਮੈਂ ਸੰਬੰਧ ਕੌਣ ਕਹਿੰਦਾ ਸੀ, ਗੌਰਵ ਕਹਿੰਦਾ ਸੀ, ਪ੍ਰਸ਼ਾਸਨ ਕੋਲੋਂ ਮੰਗ ਕੀਤੀ ਇਹਨੂੰ ਸਜ਼ਾ, ਜੋ ਬੰਦੀ ਇਹਨੂੰ ਸਜ਼ਾ ਦਿੱਤੀ ਜਾਵੇ ਉਹ ਮੇਰੀ ਧੀ ਤੁਰ ਕੀ ਤਈਆਂ ਸਾਲਾਂ ਦੀ ਮਾਛੀ ਜੱਟੀ ਹੋਏ। ਉਹ ਵਿਆਹੇ ਦਾ ਸੀ ਮੁੰਡਾ, ਉਹਦੀਆਂ 3 ਬੇਟੀਆਂ, ਉਹ ਵਿਆਹਿਆ ਦਾ ਆਇਆ। ਗੌਰਵ ਨਾਮ ਦਾ ਮੁੰਡਾ ਹੈ ਪਿੰਡ ਦਾ, ਮੇਰੇ ਜੇਠ ਦਾ ਸਕੇ ਦਾ ਪੁੱਤਰ ਹੈ, ਉਹਨੇ ਮੇਰੀ ਧੀ ਨਾਲ ਆਪਣੇ ਸੰਬੰਧ 3 ਮਹੀਨੇ ਪਹਿਲਾਂ ਮੇਰੇ ਘਰ ਉਹਨੂੰ ਫੋਨ ਭੇਜਿਆ, ਮੇਰੀ ਦੁਕਾਨ ਤੇ ਮੇਰੀ ਧੀ ਨੂੰ ਫੋਨ ਦੇ ਕੇ ਆਇਆ, ਫੋਨ ਦੇ ਕੇ ਆਇਆ ਮੇਰੀ ਧੀ ਨੂੰ, ਮੇਰੀ ਧੀ ਨਾਲ ਗੱਲਬਾਤ ਚੱਲਦੀ ਰਹੀ ਉਹਦੀ, ਸਾਨੂੰ ਪਤਾ ਲੱਗਾ, ਅਸੀਂ ਉਹਨੂੰ ਬੋਲਿਆ ਘਰ ਆ ਗਿਆ ਮੇਰੇ ਪੁੱਤਰ ਨੂੰ ਆ ਕੇ ਪੈ ਗਿਆ, ਗੌਰਵ ਘਰ ਨੀ ਸ਼ਕਤੀ ਆ ਕੇ ਪੈ ਗਿਆ, ਮੇਰੇ ਪੁੱਤਰ ਦੇ ਕਿਰਪਾਨ ਮਾਰੀ, ਮੇਰੇ ਪੁੱਤਰ ਦੇ 5 ਟਾਂਕੇ ਲੱਗੇ, ਮੈਂ ਮੈਡੀਕਲ ਕਰਾਇਆ ਜਾ ਕੇ MLR ਰਿਪੋਰਟ ਕਰਾਈ, ਸਰ ਰਮੇਸ਼ ਕੁਮਾਰ ਨੂੰ ਦਿੱਤੀ, ਮੈਨੂੰ ਬੁਲਾਇਆ ਨਹੀਂ ਥਾਣੇ, ਮੇਰੀ ਕੋਈ ਸੁਣਵਾਈ ਨਹੀਂ ਹੋਈ, 2 ਵਾਰੀ ਮੈਂ ਐਕਸਰੇ ਕਰਾਏ ਗੁਰਦਾਸਪੁਰੋਂ ਜਾ ਕੇ, ਮੇਰੀ ਕੋਈ ਸੁਣਵਾਈ ਨਹੀਂ ਹੋਈ, ਮੈਂ ਬਹਿ ਗਈ ਚੁੱਪ ਕਰਕੇ। ਮੇਰੀ ਧੀ ਨੂੰ ਬਾਰ ਬਾਰ ਕੰਪੈਲ ਕਰਦਾ ਸੀ ਮੇਰੀ ਧੀ ਨੂੰ, ਕਹਿੰਦੇ ਮੈਂ ਸੰਬੰਧ, ਕੌਣ ਕਹਿੰਦਾ ਸੀ, ਗੌਰਵ ਕਹਿੰਦਾ ਸੀ, ਮੇਰੀ ਧੀ ਨੂੰ ਬਾਰ ਬਾਰ ਕੰਪੈਲ ਕਰਦਾ ਸੀ, ਮੇਰੀ ਧੀ ਨੂੰ ਤੰਗ ਕਰਦਾ ਸੀ ਬਾਰ ਬਾਰ। 5-6 ਦਿਨ ਦੀ ਗੱਲ ਹੈ, ਰਾਤ ਦਾ ਟਾਈਮ ਹੈ, 12 ਵਜੇ ਦਾ ਮੈਂ ਉੱਠੀ, ਬਾਥਰੂਮ ਵਾਸਤੇ ਉੱਠੀ, ਮੈਂ ਜਿਸ ਵੇਲੇ ਉੱਠੀ ਮੈਂ ਤੇਰੀ ਮੇਰੀ ਕੁੜੀ ਮੇਰੀ ਬੈੱਡ ਤੇ ਬੈਠੀ ਦੀ, ਬੈੱਡ ਤੇ ਬੈਠੀ ਰੋਣ ਡਈ ਦੀ, ਦੋਨੇ ਭੈਣਾਂ ਲੰਮਾ ਪਈਆਂ ਨੇ ਲਾਗੇ ਬੈਠੀ ਦੀ, ਮੈਂ ਉੱਠੀ, ਮੈਂ ਦੋ ਲਾਗੇ ਗਈ ਤੇ ਵਧਾ ਲੈਟ ਚ ਗਾਇਆ, ਮੈਂ ਸਿੰਪੀ ਕੀ ਗੱਲ ਹੈ ਤੈਨੂੰ, ਕਹਿੰਦੀ ਮੰਮੀ ਮੈਂ ਬਹੁਤ ਪਰੇਸ਼ਾਨ ਹੈ, ਇਹ ਮੈਂ ਤੈਨੂੰ ਗੱਲ ਕੀ, ਤੂੰ ਕਾਹਦੇ ਤੋਂ ਪਰੇਸ਼ਾਨ ਹੈ, ਕਿਹੜੀ ਗੱਲ ਜਿਹੜੀ ਪਰੇਸ਼ਾਨ ਕਰਦੀ ਵੀ, ਇਹ ਮੰਮੀ ਮੈਨੂੰ ਗੌਰਵ ਨਹੀਂ ਜੀਵਨ ਦਿੰਦਾ, ਇਹ ਸਾਹਮਣੇ ਆ ਕੇ ਮੈਨੂੰ ਪੁੱਠੇ ਪੁੱਠੇ ਇਸ਼ਾਰੇ ਕਰਦਾ ਏ, ਮੈਨੂੰ ਕਹਿੰਦਾ ਮੇਰੇ ਨਾਲ ਸੰਬੰਧ ਬਣਾਏ, ਮੇਰੇ ਲਾਗੋਂ ਬੋਲ ਕੇ ਲੰਘ ਜਾਂਦਾ ਏ, ਸੰਜੂ ਵੀ ਉਹਦਾ ਘਰ ਨਹੀਂ ਹੁੰਦਾ, ਸਕੇ ਤਾਏ ਦਾ ਮੁੰਡਾ, ਸਕਾ ਤਾਏ ਦਾ ਮੁੰਡਾ ਜੀ। ਕੁੜੀ ਦੀ ਉਮਰ ਕਿੰਨੀ ਸੀ? ਮੇਰੀ ਕੁੜੀ ਦੀ ਉਮਰ 23 ਸਾਲ ਹੈ। ਨਾਮ ਕੀ ਸੀ ਕੁੜੀ ਦਾ? ਮੇਰੀ ਕੁੜੀ ਦਾ ਨਾਮ ਸਿੰਪੀ ਹੈ ਜੀ, ਉਹਨੇ 12 ਪੜੀਆਂ, 2 ਕੋਰਸ ਕੀਤੇ ਉਹਨੇ ਜੀ, ਮੇਰੀ ਕੋਈ ਅਨਪੜ੍ਹ ਨਹੀਂ ਸੀ ਉਹ ਜੀ। ਕੀ ਮੰਗ ਕਰਦੇ ਹੋ, ਕੀ ਮੰਗ ਕਰਦੇ ਪ੍ਰਸ਼ਾਸਨ ਤੋਂ? ਪ੍ਰਸ਼ਾਸਨ ਕੋਲੋਂ ਮੰਗ ਕੀਤੀ ਇਹਨੂੰ ਸਜ਼ਾ, ਜੋ ਬੰਦੀ ਇਹਨੂੰ ਸਜ਼ਾ ਦਿੱਤੀ ਜਾਵੇ, ਉਹ ਮੇਰੀ ਧੀ ਤੁਰ ਕੀ ਤਈਆਂ ਸਾਲਾਂ ਦੀ ਮਾਛੀ ਜੱਟੀ ਹੋਏ। ਉਹ ਵਿਆਹੇ ਦਾ ਸੀ ਮੁੰਡਾ, ਉਹਦੀਆਂ 3 ਬੇਟੀਆਂ, ਉਹ ਵਿਆਹਿਆ ਦਾ ਆਇਆ, ਉਹਨੂੰ ਕੋਈ ਸ਼ਰਮ ਨਹੀਂ ਕੀਤੀ ਮੇਰੀ ਧੀ ਵੱਲ ਕਰਦੇ ਹੋਏ, ਮੇਰੀ ਧੀ ਨਾਲ ਉਹਨਾਂ ਨੇ ਜਵਾਜ ਸੰਬੰਧ ਬਣਾਏ ਹੋਏ, ਮੈਡੀਕਲ ਜੇ ਆ ਜਾਣਾ ਸਭ ਕੁਛ ਹੋਏ, ਉਹ ਮੇਰੀ ਧੀ ਨੂੰ ਉਹਨੇ ਬੜਾ ਕੰਪੈਲ ਕੀਤਾ ਹੋਏ। ਨਾਮ? ਮੇਰਾ ਨਾਮ ਜੀ ਸੋਨੂ। ਸੋਨੂ ਬਾਈ ਕੀ ਗੱਲਬਾਤ ਹੋ ਗਈ ਜੀ? ਗੱਲ ਜੀ, ਮੈਂ ਇੱਥੋਂ ਸੈਰ ਕਰਦਾ ਆ ਰਿਹਾ ਸੀ, ਤੇ ਜਿੰਨਾ ਹੀ ਇਹਨਾਂ ਦੇ ਗੇਟ ਕੋਲ ਲੰਘਿਆ ਮੈਂ, ਤੇ ਕੁੜੀ ਮੰਜੇ ਤੋਂ ਥੱਲੇ ਪਈ ਦੀ ਸੀ ਫਰਸ਼ ਤੇ, ਯਕਦਮ ਮੈਂ ਉਹਨਾਂ ਦੇ ਅੰਦਰ ਗਿਆ ਦੌੜ ਕੇ, ਮੈਂ ਉਹਨਾਂ ਨੂੰ ਪੁੱਛਿਆ ਕਿ ਤੈਨੂੰ ਕੀ ਹੋਇਆ, ਪਹਿਲਾਂ ਤਾਂ ਬੋਲਦੀ ਨਹੀਂ ਸੀ ਪਈ ਕੁਛ ਵੀ, ਕਿ ਮੈਨੂੰ ਕੁਛ ਨਹੀਂ ਹੋਇਆ, ਤੜਫੀ ਜਾ ਰਹੀ ਸੀ, ਜਦ ਮੈਂ ਪੂਰੇ ਜ਼ੋਰ ਨਾਲ ਪੁੱਛਿਆ ਤਾਂ ਉਹਨੇ ਮੈਨੂੰ ਦੱਸਿਆ ਕਿ ਭਾਅ ਜੀ ਮੈਂ ਦਵਾਈ ਖਾਣੀ ਹੈ। ਮੈਨੂੰ ਇੱਕਦਮ ਹਫੜਾ ਦਬੜੀ ਪੈ ਗਈ ਸੁਣ ਕੇ, ਮੈਂ ਇਕੱਲਾ ਸੀਗਾ, ਉਹਨਾਂ ਦੇ ਘਰ ਦੇ ਨਹੀਂ ਸੀ ਕਿਤੇ ਵੀ, ਜਿੱਦਾਂ ਮੈਂ ਉਹਨਾਂ ਦੇ ਘਰਦਿਆਂ ਨੂੰ ਇਨਫੋਰਮ ਕੀਤਾ ਸ਼ਹਿਰ ਮੈਡੀਸਨ ਲੈਣ ਗਏ ਸੀ, ਉਹ ਆਏ ਤੇ ਬਸ ਉਹਨੇ ਦੇ ਨਾਲ ਹੀ ਮੈਂ ਉਹਨਾਂ ਨੂੰ ਚੁੱਕ ਕੇ ਤੇ ਹੋਸਪਿਟਲ ਐਡਮਿਟ। ਕਿੱਥੇ ਲੈ ਗਏ ਹੋਸਪਿਟਲ? ਪਹਿਲਾਂ ਅਸੀਂ ਕੋਟਲੀ ਲੈ ਗਏ ਸੀ, ਚੌਹਾਨ ਹੋਸਪਿਟਲ, ਉੱਥੋਂ ਉਹਨਾਂ ਨੇ ਜਵਾਬ ਦਿੱਤਾ ਸੀ, ਫਿਰ ਅਸੀਂ ਉਹਨਾਂ ਨੇ ਕਿਹਾ ਕਿ ਅਮਨਦੀਪ ਲੈ ਜਾਓ, ਅਮਨਦੀਪ ਗਏ, ਉਹਨਾਂ ਨੇ ਟ੍ਰੀਟਮੈਂਟ ਕੀਤਾ ਸੀਗਾ, 10 ਵਜੇ ਦੇ ਕਰੀਬ ਹੋਈ ਡੈਥ ਹੋ ਗਈ ਸੀ। ਕੋਈ ਜ਼ਹਿਰੀਲੀ ਵਸਤੂ ਖਾਦੀ? ਹਾਂ, ਉਹਨਾਂ ਨੇ ਘਰੇ ਬੋਲਿਆ ਸੀ ਕੁੜੀ ਨੇ ਮੈਨੂੰ ਕਿ ਮੈਂ ਦਵਾਈ ਖਾ ਲਈ ਹੈ।